थाना शंभू दे पिंड मोही कलां विखे अपनी मतरेई मां नूं किरपान नाल मौत दे घाट उतारन वाले मुलजम नूं अज पुलिस ने गिरफ्तार कर लिया है। शंभू थाने दे SHO दर्शन सिंह ने दस्सिया कि मुलजम ने 26 जनवरी नूं अपनी मतरेई मां ते किरपान नाल वार करदिआं गंभीर जख्मी कर दिता सी, जिस दी 28 जनवरी नूं इलाज दौरान PGI विखे मौत हो गई सी। मुलजम हरजीत सिंह वासी मोही कलां खिलाफ शंभू थाना विखे कतल दा केस दर्ज किया सी, पर घटना तो बाद ओह फरार हो गया सी। अज शंभू दी पुलिस ने उसनूं गिरफ्तार कर लिया है। हरमीत है जी, ਕਿਹੜੇ ਪਿੰਡ ਹੈ? ਮੋਹੀ ਜੀ। ਇਹ ਕੀ ਗੱਲ, ਕਾਰਨ ਕੀ ਹੋਇਆ ਸੀ? ਜਿਹੜੀ ਮਾਂ ਕਾਰਨ ਟੈਨਸ਼ਨ ਸੀ, ਦਾਰੂ ਪੀਤੀ, ਕੋਈ ਪਤਾ ਨਹੀਂ ਲੱਗਿਆ ਹੋਇਆ ਸੀ, ਵੈਨੀ ਗੱਲ ਸੀ ਹੋਰ ਪੱਕੀ ਮੇਰੇ ਦਿਮਾਗ ਹੀ ਮਤਲਬ ਪਤਾ ਨਹੀਂ ਲੱਗਿਆ ਵੀ ਹੋ ਰਿਹਾ ਕੀ ਹੈ। ਦਾਰੂ ਤੋਂ ਬਿਨਾਂ ਹੋਰ ਨਸ਼ਾ ਵੀ ਕਰਦਾ? ਨਾ, ਕੋਈ ਨਸ਼ਾ ਜੀ, ਪੁੱਛ ਲਓ ਕਿਤੇ ਵੀ ਜੋ ਕਰਦਾ ਹੋਵਾਂ ਜੀ। ਜੀ ਮਿਤੀ 26/1/22 ਨੂੰ ਪਿੰਡ ਮੋਹੀ ਕਲਾਂ ਵਿਖੇ ਇਹ ਰਹਿੰਦੇ ਸੀ ਮਾਇਆ ਕੌਰ ਸੀ ਲੇਡੀਜ਼, ਇਸ ਬੰਦੇ ਦੀ ਹਰਜੀਤ ਸਿੰਘ ਦੀ ਸਟੈਪ ਮਦਰ ਸੀ, ਅਤੇ ਇਹਨਾਂ ਦਾ ਕੋਈ ਮਾੜਾ ਮੋਟਾ ਘਰੇਲੂ ਡਿਸਪਿਊਟ ਸੀ, ਉਸ ਕਾਰਨ ਇਹਨੇ ਉੱਥੇ ਦਾਖਲ ਹੋ ਕੇ ਜਿੱਥੇ ਸੁੱਤੀ ਪਈ ਸੀ ਉਹਦਾ ਕਿਰਪਾਨਾ ਮਾਰ ਕੇ ਇਹਨੇ ਉਹਨੂੰ ਇੰਜਰਡ ਕਰਤਾ ਸੀ। ਉਹਨੂੰ ਪਹਿਲਾਂ ਅਸੀਂ ਮੁਕੱਦਮਾ ਦਰਜ 307 ਦੇ ਵਿੱਚ ਕੀਤਾ ਸੀ, ਫਿਰ ਉਹ PGI ਦੇ ਵਿੱਚ ਇਲਾਜ ਚੱਲ ਰਿਹਾ ਸੀ ਉਹਦਾ। 28 ਤਰੀਕ ਨੂੰ ਉਹਦੀ ਉੱਥੇ ਦੌਰਾਨੇ ਇਲਾਜ ਡੈੱਥ ਹੋ ਗਈ ਸੀ, ਅਤੇ ਅਸੀਂ 302 ਦਾ ਇਹਦੇ ਵਿੱਚ ਵਾਧਾ ਕਰਕੇ ਜੀ ਇਹਨੂੰ ਜਿਹੜਾ ਹਰਜੀਤ ਸਿੰਘ ਨੂੰ ਹੈ ਗ੍ਰਿਫਤਾਰ ਕੀਤਾ। ਹਾਲਾਤ ਕੀ ਸੀਗੇ ਜਿਹੜੇ ਆਪਣੀ ਮਾਂ ਨੂੰ ਮਾਰਨਾ ਪਿਆ? ਹਾਲਾਤ ਤਾਂ ਇਹ ਜ਼ਿਆਦਾ ਗੁੱਸੇ ਹੋ ਰਿਹਾ ਜੀ ਬੰਦਾ, ਹਾਲਾਤ ਕੋਈ ਐਡੀ ਕੋਈ ਗੱਲ ਵੀ ਨਹੀਂ ਸੀ, ਛੋਟੀ ਮੋਟੀ ਝਗੜਾ ਸੀ, ਛੋਟੇ ਮੋਟੇ ਝਗੜੇ ਦੇ ਕਾਰਨ ਹੀ ਇਹਨੇ ਸ਼ਰਾਬ ਪੀ ਕੇ ਗੁੱਸੇ ਦੇ ਵਿੱਚ ਆ ਕੇ ਕਤਲ ਕਰਤਾ ਜੀ।